ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਵਾਂ ਸ਼ਹਿਰ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜੇ ਮਾਮਲੇ ਚ ਜ਼ਿਲ੍ਹੇ ਦੇ ਪਿੰਡ ਜਾੜਲਾ ਦਾ ਮਰੀਜ਼ ਜੋ ਕਿ ਲੁਧਿਆਣਾ ਤੋਂ ਪੈਦਲ ਜਾੜਲਾ ਪਹੁੰਚ ਗਿਆ ਅਤੇ ਜਦੋਂ ਉਸ ਬਾਰੇ ਪਤਾ ਲੱਗਾ ਤਾਂ ਡਾਕਟਰਾਂ ਦੀ ਟੀਮ ਨੇ ਉਸ ਨੂੰ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਉਸ ਦੀ ਰਿਪੋਰਟ ਪੋਜ਼ਿਟਿਵ ਆਈ, ਜਿਸ ਤੋਂ ਬਾਅਦ ਪੂਰਾ ਜਾੜਲਾ ਪਿੰਡ ਸੀਲ ਕਰ ਦਿੱਤਾ ਗਿਆ। ਪਿੰਡ ਦੇ ਐਂਟਰੀ ਪੁਆਇੰਟ ਤੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਡਿਊਟੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਬਾਕੀ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਫਿਰ ਵੀ ਇਹਨਾਂ ਸਾਰਿਆਂ ਦੇ ਟੈਸਟ ਇੱਕ ਵਾਰ ਫੇਰ ਲਏ ਜਾਣਗੇ। ਉਸ ਸੰਬੰਧ ਵਿੱਚ ਜਾੜਲਾ ਪਿੰਡ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ, ਸਿਰਫ ਦੋ ਪੁਆਇੰਟ ਰੱਖੇ ਹੈ, ਇੱਕ ਐਂਟਰੀ ਔਰ ਐਗਜ਼ਿਟ ਕਾਰਡ, ਜਿਹਦੇ ਵਿੱਚ ਆਉਣ ਜਾਣ ਵਾਲੇ ਆਉਣ ਵਾਸਤੇ ਰਸਤਾ ਰੱਖਿਆ ਹੈ, ਉਹਨਾਂ ਦਾ ਅਸੀਂ ਨੋਟ ਕਰ ਰਹੇ ਹਾਂ, ਬਕਾਇਦਾ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਐਗਜ਼ਿਟ ਪੁਆਇੰਟ ਉਸ ਤੋਂ ਅੱਗੇ ਰੱਖਿਆ ਹੈ। ਇਹ ਜ਼ਿਆਦਾ ਆ ਧਿਆਨ ਰੱਖਿਆ ਜਾ ਰਿਹਾ, ਕਿਸੇ ਨੂੰ ਬਿਨਾਂ ਮਤਲਬ ਤੋਂ ਬਾਹਰ ਦੇ ਬੰਦੇ ਨੂੰ ਬਿਲਕੁਲ ਆਉਣ ਦੀ ਇਜਾਜ਼ਤ ਨਹੀਂ। ਸਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਜਿਹੜਾ ਹੁਣ ਆਪਾਂ ਇੰਤਜ਼ਾਮ ਕੀਤਾ ਹੋਇਆ ਹੈ ਨਾ, ਇਹਦੇ ਵਿੱਚ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ ਜੀ, ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਬਾਹਰਲੇ ਨੂੰ ਜੀ। ਹਾਂਜੀ, ਪਿੰਡ ਵਾਲਿਆਂ ਨੂੰ ਪਿੰਡ ਵਿੱਚ ਸਾਰਾ ਜੋ ਵੀ ਪ੍ਰਬੰਧ ਹੈਗਾ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੇ ਜਿਹੜੇ ਵਿਸ਼ਵ ਭਰ ਦੇ ਜਿਹੜੇ ਹਾਲਾਤ ਜਿਹੜੇ ਬਣ ਚੁੱਕੇ ਆ, ਸੋ ਉਹਨਾਂ ਤੋਂ ਉਹਨਾਂ ਹਾਲਾਤਾਂ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੀ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਸਾਡੇ ਪ੍ਰਸ਼ਾਸਨ ਨੇ ਬੜਾ ਹੀ ਸਟਰਗਲ ਕੀਤਾ ਹੈ। ਜਿਵੇਂ ਕਿ ਤੁਹਾਨੂੰ ਪਤਾ ਸੀ ਪਹਿਲਾਂ ਸਭ ਤੋਂ ਪਿੰਡ ਪਠਲਾਵੇ ਦੇ ਵਿੱਚ ਜਿਹੜਾ ਕੇਸ ਹੋਇਆ ਸੀਗਾ, ਤਾਂ ਉਹਦੇ ਨਾਲ ਉੱਤੋਂ ਚਲੋ ਪ੍ਰਸ਼ਾਸਨ ਨੇ ਇੱਥੋਂ ਉੱਥੇ ਇੰਨਾ ਸਟਰਗਲ ਕੀਤਾ ਕਿ ਉਸ ਪਿੰਡ ਨੂੰ ਜਿਹੜੀ ਰਾਹਤ ਮਿਲੀ ਹੈ। ਤਾਂ ਉਸ ਤੋਂ ਬਾਅਦ ਪ੍ਰਸ਼ਾਸਨ, ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਅਗਰ ਤੁਸੀਂ ਪ੍ਰਸ਼ਾਸਨ ਦੀ ਉਲੰਘਣਾ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਆਪਣਾ ਨੁਕਸਾਨ ਹੈ। ਪ੍ਰਸ਼ਾਸਨ ਨੇ ਤਾਂ ਦੇਖੋ ਤੁਹਾਡਾ ਅੱਜ ਸਾਥ ਦੇਣਾ ਆ, ਔਰ ਇਹਦੇ ਵਿੱਚ ਸਰਕਾਰਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਕਿ ਜਿਹੜਾ ਘਰਾਂ ਤੱਕ ਚਲੋ ਰਾਸ਼ਨ ਵੀ ਪਹੁੰਚਦਾ ਕੀਤਾ ਹੈ, ਹੋਰ ਵੀ ਜਿਹੜੇ ਕਾਰਜ ਜਿਹੜੇ ਕਰ ਰਹੇ ਆ ਪ੍ਰਸ਼ਾਸਨ ਦੇ ਨਾਲ ਰਲ ਕੇ ਸਾਰੇ ਆਪਾਂ ਪਬਲਿਕ, ਜਿੰਨੇ ਵੀ ਪਬਲਿਕ ਸਾਡੀ ਹੈਗੀ ਹੈ ਨਵਾਂਸ਼ਹਿਰ ਡਿਸਟ੍ਰਿਕਟ ਦੀ। ਔਰ ਅੱਜ ਜਾੜਲੇ ਦੇ ਵਿੱਚ ਅਸੀਂ ਨਾਕਾ ਲਾਇਆ ਸੀ, ਨਾਕਾ ਲਾਉਣ ਦਾ ਕਾਰਨ ਇਹੀ ਹੈ ਕਿ ਸਾਡੇ ਪਿੰਡ ਜਾੜਲਾ ਜਿਹੜਾ ਇਹ ਨਵਾਂਸ਼ਹਿਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਆ, ਔਰ ਇਸ ਪਿੰਡ ਦੇ ਵਿੱਚ ਇੱਕ ਸਾਡਾ ਕੋਈ ਵੀਰ ਸੀ, ਉਸ ਵੀਰ ਨੂੰ ਜਿਹੜਾ ਇਹ ਕਰੋਨਾ ਨਾਮ ਦੀ ਜਿਹੜੀ ਮਹਾਂਮਾਰੀ ਨੇ ਪਕੜ ਦੇ ਵਿੱਚ ਲੈ ਲਿਆ, ਔਰ ਵੀਰ ਦੇ ਕਰਕੇ ਅੱਜ ਸਾਰਾ ਪਿੰਡ ਜਿਹੜਾ ਇਹ ਸੀਲ ਕੀਤਾ ਹੋਇਆ ਹੈ। ਅਗ ਵੀ ਉਹ ਜਿੰਨਾ ਚਿਰ ਇਸ ਪਿੰਡ ਦੇ ਵਿੱਚ ਜਿਹੜੀ ਇਹ ਮਹਾਂਮਾਰੀ ਦਾ ਜਿਹੜਾ ਬਚਾਅ ਨਹੀਂ ਹੁੰਦਾ ਆ, ਔਰ ਉਦੋਂ ਤੱਕ ਇਹ ਜਿਹੜਾ ਪਿੰਡ ਸੀਲ ਹੀ ਰਹਿਣਾ ਆ। ਔਰ ਬਾਕੀ ਇੱਥੇ ਇਹੀ ਹੈ ਕਿ ਜੇ ਕੋਈ ਪਬਲਿਕ ਮੈਂਬਰ ਜਿਵੇਂ ਕਿ ਪਿੰਡ ਦਾ ਪਿੰਡ 'ਚੋਂ ਬਾਹਰ ਆਉਂਦਾ ਆ ਤਾਂ ਉਹਨੂੰ ਨਹੀਂ ਆਉਣ ਦਿੱਤਾ ਜਾਂਦਾ ਆ, ਅਤੇ ਇੱਕ ਨਾਲ ਦੇ ਪਿੰਡਾਂ ਤੋਂ ਅਗਰ ਕੋਈ ਪਿੰਡ ਜਾੜਲੇ ਦੇ ਵਿੱਚ ਐਂਟਰੀ ਕਰਨੀ ਚਾਹੁੰਦਾ ਹੈ ਤਾਂ ਉਹਦੀ ਵੀ ਐਂਟਰੀ ਨਹੀਂ ਆ। ਸੋ ਇਹੀ ਸਾਡੀਆਂ ਜਿਹੜੀਆਂ ਹਦਾਇਤਾਂ ਨੇ, ਸਾਨੂੰ ਅਸੀਂ ਤਾਂ ਵਾਰ ਵਾਰ ਤੁਹਾਨੂੰ ਇਹੀ ਕਹਿੰਦੇ ਹਾਂ ਕਿ ਅਗਰ ਤੁਸੀਂ ਅੱਜ ਸਾਡਾ ਸਾਥ ਦਿੰਦੇ ਹੋ, ਤੁਹਾਨੂੰ ਜਿੰਨਾ ਹੋ ਸਕੇ ਘਰਾਂ ਤੱਕ ਜਿਹੜਾ ਇਹ ਰਾਸ਼ਨ ਚਾਹੇ ਕੋਈ ਹੋਰ ਵੀ ਸਮਾਨ ਹੈ ਉਹ ਸਾਡੇ ਅਫਸਰ ਸਹਿਬਾਨ ਆਪ ਖੁਦ ਅੱਗੇ ਹੋ ਕੇ ਪਹੁੰਚਦਾ ਕਰ ਰਹੇ ਨੇ। ਨਵਾਂਸ਼ਹਿਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।